ਸਤਿ ਸ਼੍ਰੀ ਅਕਾਲ ਜੀ। ਮੇਰੀਆਂ ਮਾਵਾਂ ਨੂੰ, ਭੈਣਾਂ ਨੂੰ ਹੱਥ ਬੰਨ ਕੇ ਸਤਿ ਸ਼੍ਰੀ ਅਕਾਲ। ਤੁਸੀਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ ਅਤੇ ਰਮਨ ਨਾ ਇਸ ਵਕਤ ਸੁੱਤੇ ਪਏ ਆ, ਸੌ ਰਹੇ ਆ ਰਮਨ। ਅਤੇ ਆਪਾਂ ਹੁੰਦੇ ਕਿ ਗੱਬੂ ਗੋਸ਼ੀ ਰਮਨ ਵਾਸਤੇ ਕੱਟ ਕੇ ਰੱਖੇ ਪਏ ਆ ਅਤੇ ਜਦੋਂ ਉੱਠਣਗੇ ਉਹ ਖਾ ਲੈਣਗੇ। ਅੱਜ ਜੂਸ ਨਹੀਂ ਪੀਤਾ ਉਹਨਾਂ ਨੇ। ਅਤੇ ਬਾਕੀ ਅੱਜ ਬਣਾਉਂਦੇ ਹਾਂ ਆਪਾਂ ਤੋੜੀਆਂ। ਕੱਲ੍ਹ ਰਮਨ ਕਹਿੰਦੇ ਸੀ ਕਰੇਲੇ ਖਾਣੇ ਆ, ਫਿਰ ਮੈਂ ਕਰੇਲੇ ਬਣਾ ਕੇ, ਮੈਂ ਕਿਹਾ ਖਾ ਲਾ ਪਰ ਥੋੜ੍ਹਾ, ਕਿਉਂਕਿ ਕਰੇਲਾ ਹੁੰਦਾ ਜੀ ਗਰਮ, ਆਪਾਂ ਨੂੰ ਪਤਾ ਸਾਰਿਆਂ ਨੂੰ ਹੈ ਨਾ। ਤਾਂ ਕਰਕੇ ਮੇਰਾ ਫਰਜ਼ ਆ ਕਿ ਰਮਨ ਦੀ ਸਿਹਤ ਦਾ ਅਤੇ ਬੱਚੇ ਦੀ ਸਿਹਤ ਦਾ ਖਿਆਲ ਰੱਖਣਾ। ਜਿੰਨੀ ਕੁ ਯੋਗਾ ਹੈਗਾ ਮੈਂ ਉਨਾ ਕੁ ਮੈਂ ਫਰਜ਼ ਆਪਣਾ ਨਿਭਾ ਰਿਹਾ। ਰਮਨ ਇਸ ਵਕਤ ਸੌਂ ਰਹੇ ਆ ਅਤੇ ਤੁਹਾਡਾ ਭਰਾ, ਤੁਹਾਡਾ ਬੇਟਾ ਤੋਰੀਆਂ ਛੱਲਣ ਲੱਗਿਆ। ਅਤੇ ਬਾਕੀ ਨਾ ਕਿਸੇ ਗੱਲ ਦਾ ਗੁੱਸਾ ਨਾ ਕਰਿਆ ਕਰੋ। ਮੈਂ ਨਾ ਕਈ ਵਾਰ ਨਾ ਗੱਲ ਵੈਸੀ ਆ ਜਾਂਦੀ ਜਿਵੇਂ ਉਦੇ ਆ ਗਈ ਸੀ ਫੈਨ ਪੱਖੇ ਵਾਲੀ ਗੱਲ, ਮੇਰੀ ਗੱਲ ਦਾ ਗੁੱਸਾ ਨਾ ਕਰਿਆ ਕਰੋ। ਮੇਰੇ ਦਿਲ 'ਚ ਕੁਛ ਨਹੀਂ, ਠੀਕ ਹੈ ਜੀ, ਮੈਂ ਕਹਿ ਦਿੰਦਾ, ਠੀਕ ਹੈ। ਮੈਂ ਵੈਸੇ ਮਜ਼ਾਕ ਕਰਦਾ ਹੁੰਦਾ ਗਾ ਅਤੇ ਮਜ਼ਾਕ ਕਿਸੇ ਦੇ ਦਿਲ 'ਤੇ ਲੱਗ ਜਾਂਦਾ ਹੈ ਨਾ, ਵੀ ਗਲਤੀ ਹੋ ਜਾਂਦੀ ਹੈ। ਤੁਸੀਂ ਬਖਸ਼ਣਹਾਰ ਹੋ। ਬਾਕੀ ਕਈ ਭੈਣਾਂ ਨਾ ਮੇਰੀਆਂ ਫੋਨ ਲਾਉਣ ਤੋਂ ਡਰ ਜਾਂਦੀਆਂ ਵੀ ਪਤਾ ਨਹੀਂ ਚੱਕਣਗੇ ਜਾਂ ਨਹੀਂ ਚੱਕਣਗੇ, ਹੈ ਨਾ ਜੀ, ਵੀ ਗੱਲ ਕਰਨਗੇ ਜਾਂ ਨਹੀਂ ਕਰਨਗੇ। ਆਪਾਂ ਫੋਨ ਨੰਬਰ ਗੱਲ ਕਰਨ ਵਾਸਤੇ ਹੀ ਦਿੱਤਾ ਗਾ, ਫੋਨ ਨੰਬਰ ਆਪਾਂ ਗੱਲ ਕਰਨ ਵਾਸਤੇ ਹੀ ਦਿੱਤਾ ਗਾ ਵੀ ਕੋਈ ਵੀ ਭੈਣ ਭਰਾ ਰਮਨ ਨਾਲ ਗੱਲ ਕਰਨੀ ਚਾਹੁੰਦੇ ਹੋਣ, ਠੀਕ ਹੈ, ਅਤੇ ਕਰ ਸਕਦੇ ਆ। ਅਤੇ ਕੋਈ ਡਰਨ ਦੀ ਲੋੜ ਨਹੀਂ, ਕੋਈ ਆਪਾਂ ਐਡੇ ਕੋਈ ਹੈ ਨਹੀਂ ਗੇ, ਹੈ ਨਾ, ਵੀ ਤੁਹਾਨੂੰ ਜਾਂ ਬੋਲਾਂਗੇ ਜਾਂ ਫੋਨ ਨਾ ਚੱਕਾਂਗੇ। ਹਾਂ ਜੇ ਕਿਤੇ ਅਸੀਂ ਬਿਜੀ ਹਾਂ, ਕਿਤੇ ਗਏ ਹਾਂ, ਤਾਂ ਨਾ ਚੱਕਿਆ ਗਿਆ, ਗੁੱਸਾ ਵੀ ਨਾ ਕਰੋ ਵੀ ਨਹੀਂ ਚੱਕਿਆ ਗਿਆ, ਪਰ ਨਹੀਂ ਵੀ ਅਸੀਂ ਫੋਨ ਹਰੇਕ ਦਾ ਚੱਕਦੇ ਹਾਂ ਅਤੇ ਸਾਡਾ ਫਰਜ਼ ਵੀ ਬਣਦਾ ਤੁਹਾਡੇ ਨਾਲ ਗੱਲ ਕਰਨ ਦਾ। ਕਿਉਂਕਿ ਜੋ ਵੀ ਜਿੱਥੋਂ ਤੱਕ ਵੀ ਅੱਜ ਪਹੁੰਚੇ ਹਾਂ, ਸਾਡਾ 36,000 ਸਬਸਕ੍ਰਾਈਬ ਹੋ ਚੁੱਕਿਆ ਗਾ ਅਤੇ ਤੁਸੀਂ ਦੇਖਦੇ ਹੀ ਹਾਂ, ਅਤੇ ਤੁਹਾਡੀ ਬਦੌਲਤੀ ਹੈ, ਠੀਕ ਹੈ, ਤੁਹਾਡੇ ਨਾਲ ਹੀ ਅਸੀਂ ਹਾਂ, ਤੁਹਾਡੇ ਪਿਆਰ ਬਿਨਾਂ ਅਸੀਂ ਕੱਖ ਵੀ ਨਹੀਂ, ਠੀਕ ਹੈ ਜੀ। ਤੁਹਾਡਾ ਪਿਆਰ ਇੱਦਾਂ ਹੀ ਰਹੇ, ਹੈ ਨਾ। ਅਤੇ ਦੇਖੋ ਕਈ ਭੈਣਾਂ ਨਾ ਮੇਰੇ ਨਾਲ ਆਪਣਾ, ਜਾਣੀ ਕਿ ਵੀ ਸਕੀਆਂ ਭੈਣਾਂ ਨਾਲ ਵੱਧ ਰਿਸ਼ਤਾ ਬਣਾ ਚੁੱਕੀਆਂ, ਗੱਲ ਕਰਦੀਆਂ ਭੈਣਾਂ ਮੇਰੇ ਨਾਲ, ਹੈ ਨਾ। ਅਤੇ ਇੱਕ ਭੈਣ ਦਾ ਸ਼ਾਇਦ ਮੈਸੇਜ ਆਇਆ ਸੀਗਾ, ਚਲੋ ਆਪਾਂ ਕਹਿੰਦੇ ਨਹੀਂ ਗੇ, ਮੈਂ ਵੀ ਮੈਸੇਜ ਤੁਹਾਨੂੰ ਬੋਲ ਕੇ ਨਹੀਂ ਸੁਣਾਉਂਦਾ ਗਾ, ਪਰਸਨਲ ਲਾਈਫ ਹੁੰਦੀ ਅਗਲੇ ਦੀ। ਅਤੇ ਬਾਕੀ ਮੈਂ ਉਹ ਭੈਣ ਨੂੰ ਕਹਿਣਾ ਚਾਹੁੰਦਾ ਵੀ ਭੈਣੇ ਵੀ ਤੇਰਾ ਭਰਾ ਆ ਬੈਠਾ, ਠੀਕ ਹੈ, ਤੂੰ ਇਹ ਨਾ ਕਹੀਂ ਜਾਂ ਮੇਰਾ ਭਰਾ ਹੈ ਨਹੀਂ ਜਾਂ ਕਿਵੇਂ ਵੀ ਆ, ਹੈ ਨਾ, ਕੁਛ ਵੀ ਆ, ਭੈਣ ਭਰਾਵਾਂ 'ਚ ਹੁੰਦੇ ਰਹਿੰਦੇ 100 ਗੱਲਾਂ ਹੁੰਦੀਆਂ, ਹੈ ਨਾ, ਕੁਛ ਵੀ ਆ, ਤੁਸੀਂ ਇਹ ਨਹੀਂ ਗੱਲ ਕਹਿਣੀ, ਤੁਸੀਂ ਸਮਝੋ ਮੈਂ ਤੁਹਾਡਾ ਬ੍ਰਦਰ ਹਾਂ, ਤੁਹਾਡਾ ਭਰਾ ਹੈ, ਤੁਸੀਂ ਆਪਦੇ ਭਰਾ ਦੇ ਘਰ ਜਦੋਂ ਮਰਜ਼ੀ ਆਪਣੇ ਹੱਕ ਨਾਲ ਆ ਸਕਦੇ ਹਾਂ, ਵੀ ਸਾਡੇ ਭਰਾ ਭਰਜਾਈ ਦਾ ਘਰ, ਹੈ ਨਾ, ਅਤੇ ਮਾਤਾ ਜਿਹੜੀਆਂ ਬਜ਼ੁਰਗ ਆ ਜਾਣ, ਹਾਂ, ਉਹ ਆਪਣੇ ਬੇਟੇ ਦਾ ਘਰ ਸਮਝ ਕੇ ਆ ਸਕਦੇ ਜਦੋਂ ਮਰਜ਼ੀ ਸਾਨੂੰ ਮਿਲਣ, ਕੋਈ ਇੱਦਾਂ ਦੀ ਗੱਲ ਨਹੀਂ ਗੀ, ਖਿੜੇ ਮੱਥੇ ਪ੍ਰਵਾਨ ਕਰਾਂਗੇ ਤੁਹਾਨੂੰ ਆਪਾਂ। ਅਤੇ ਬਾਕੀ ਤੁਸੀਂ ਮੈਨੂੰ ਵੇਖਿਆ ਹੀ ਆ, ਵੀਡੀਓ ਦੇ ਵਿੱਚ ਵੀ ਵੇਖਿਆ ਅਤੇ ਲਾਈਵ ਵੀ ਤੁਸੀਂ ਵੇਖੋਗੇ, ਮੈਂ ਉੱਦਾਂ ਦਾ ਹੀ ਹਾਂ। ਮੈਂ ਪਹਿਲਾਂ ਵੀ ਤੁਹਾਨੂੰ ਕਹਿੰਦਾ ਹੁੰਦਾ ਵੀ ਜਿੱਦਾਂ ਦਾ ਮੈਂ ਵੀਡੀਓ 'ਚ ਆਇਆ ਅਤੇ ਉੱਦਾਂ ਦਾ ਮੈਂ ਤੁਹਾਨੂੰ ਲਾਈਵ ਮਿਲੂੰਗਾ। ਅਤੇ ਅੱਜ ਰਮਨ ਕਹਿੰਦੇ ਵੀ ਤੋਰੀਆਂ ਬਣਾਉਣੀਆਂ, ਮੈਂ ਕਿਹਾ ਤੋਰੀਆਂ ਬਣਾ ਲੈਂਦੇ ਹਾਂ, ਕਰੇਲਾ ਤਾਂ ਐਂ ਕਰੇਲੇ ਨੂੰ ਬਣਾ ਕੇ ਰੱਖ ਲਏ, ਚਾਰ ਨੂੰ ਕਿਤੇ ਖਾਧਾ ਜਾਂਦਾ, ਠੀਕ ਹੈ ਜੀ, ਇੱਕ ਹਿਸਾਬ ਨਾਲ ਚਾਰ ਹੀ ਪਾਇਆ, ਰਮਨ ਦੇ ਤਾਂ ਬਣਦਾ। ਮੈਂ ਕਰੇਲਾ ਖਾਂਦਾ ਨਹੀਂ ਕਿਉਂਕਿ ਗਰਮੀ ਵੱਧ ਹੈ, ਮੈਨੂੰ ਗਰਮੀ ਬਹੁਤ, ਮੈਂ ਦਵਾਈਆਂ ਗਰਮ ਬਹੁਤ ਖਾਧੀਆਂ ਗਾ ਜਦੋਂ ਮੈਨੂੰ ਆਹ ਪੋਲੀਓ ਹੋਇਆ ਗਾ, ਅਤੇ ਇਸ ਕਰਕੇ ਮੈਨੂੰ ਗਰਮੀ ਬਹੁਤ ਲੱਗਦੀ, ਮੈਂ ਗਰਮ ਚੀਜ਼ ਬਹੁਤ ਘੱਟ ਖਾਂਦਾ। ਅਤੇ ਉਹਦੇ ਨਾਲ ਫਿਰ ਮੈਨੂੰ ਗਰਮੀ ਜ਼ਿਆਦਾ ਲੱਗਦੀ, ਕਰੇਲਾ ਕਰੂਲਾ ਤਾਂ ਮੈਂ ਬਹੁਤ ਘੱਟ ਖਾਂਦਾ ਗਾ। ਬਾਕੀ ਹੁਣ ਰਮਨ ਆਰਾਮ ਕਰ ਰਹੇ ਆ, ਆਰਾਮ ਫਰਮਾ ਰਹੇ ਆ, ਆਪਾਂ ਵੇਖਦੇ ਆਵਾਜ਼ ਮਾਰ ਕੇ ਉੱਠਦੇ ਆ ਤਾਂ ਰਮਨ ਉਹ ਰਮਨ
रमना जी उठ खड़ो, तुहाडे बग्गू कुछ कट्टे पए आ। ओ रमण, अपनिया तोरियां गई छिलियां ते हुण आपां तोरियां कटदे आ। टोकरी भुल गया सी लियाउणी मैं। जगह थोड़ी है जी, तो मुड़ जाती, थोड़ी जगह च मुड़ जाती है व्हीलचेयर अपनी। तो बाकी अज आप रमन दुध वाली तोरी बना के खोने, तकड़ा करते हैं रमन दुध दुध पिया के।
तेरा कड़ता पा जलू जूस आ देख ली मौसमी का जूस बना के लिया रवण वास्ते लो जी ठंडा हो जूगा पी लियो। तो इधर आप गब्बू गोशे बांड वाले तौड़े च पा गए हैं बांड वाला तौड़ा नहीं पता होना की हो एक बब्बू कुछ खादा एडे एडे सी दो काटे सी ठंड का जूस दे चक्कर चो तुसी सानू हौसला बहुत दिंदे ठीक है जी अगे तक लैके जाओ जिवें हैगे आ इदां ही असीं रहांगे ते हुण मिलोगे सानू मीं कहिंदे चैटियां लगां बचियां सीगां भैन सी कहते फोटो खिचाई है तुडे ना अभी क्या खिचा लो कोई चक्कर नहीं फोटो खिचाना की होगा जी है जा फोन ना चकना की होगा आप कैसे भैन भरा रमन का मोह आता रमन का मोह आता बेबी डॉल का ता ही कॉल करता अगला है ना प्यार जे किसी के दिल च प्यार आ साडे लई है ना ता ही कोई फोन करता सानू है तुसी दबी होने काम मैं पता 36,000 सबसक्राइबर हो गया तो मैं लगता भी सर प्ले बटन तक ले जाओगे तुम सानू सबसक्राइब शेयर वत करो के गरीब फिर मैं गरीब कह लग्या सीगा सॉरी भैने गलती होगी ता के तुहाडा भा जां रमन दा सुपना जो रमन ने देखिया सी कदे ठीक है ते मैं पूरा कर सका मैनू आपदा नहीं गा ठीक है जी मैं रमन दा जो भी हैगा सुपन दा सुपना जिहड़ा रमन दा वह पूरा करना रमन नू स्टार बना देना आपां है ना रमन मैं गन बन बन के रहूंगा सिक्योरिटी गार्ड पहला कहीं हाँ मोटो गलत बहुत कसीदा कर दी जड़ी तनी जानी है बैग दी निके निकलिया स्वाज देख लो घर निके निकलिया स्वाज एडी कैंची है 12 नंबर आ सब तो वही कैंची एक्की बैठी है इतो कट दी है कोई भी धागा कटना किसी भी भैन ने कैंची इतो फड़ो ना के इतो फड़ के कोई धागा कटो इतो फड़ के ना धागा कटो तक नहीं लगूगा चलो ठीक है जी कल नवे ब्लॉग के नाल फिर मिलते हैं अज नहीं मैं सब्जी जी कटी जाना सचा वही काम करता सी ना कर भुल गया हूं कर दे लेके नहीं कट्टी जा रहे हजे तो बनाई कितने हजे तो भांडे भी पे है मांजन वाले अपने काम बहुत पिया आटा गुन्न वाला पिया पर आप हिम्मत नहीं हारते सब काम करा जानी कि मेरा कोई बड़ा काम नहीं जानी कि 20 मिंट का काम है भांडे आटा मैक्सी भी साफ खानी है जूस ते करके रवांगे चलो जी ते कल तुहानू दसांगे वी तोरियां किवें बणियां ठीक है स्वाद बणियां ये रमन दसणगे बनाउणगा मैं आ वी स्वाद बणियां कि नहीं।
ਤੇ ਹੈ ਸਵਾਲ ਬਣਾਉਣਾ ਨਾ। ਦੇਖੋ ਜੀ ਇਹ ਤਾਂ ਥੋੜੀ ਹੁੰਦੀ ਸਾਹਿਬ ਜੀ, ਮੈਂ ਦੇਗਾ ਦੇਗਾ ਸਬਜ਼ੀ ਦਾ ਬਣਾ ਲੈਣਾ, ਠੀਕ ਹੈ, ਲੰਗਰ ਦੀ ਸਬਜ਼ੀ ਹੋਵੇ ਜਾਂ ਕਿਤੇ ਕੋਈ ਛੋਟਾ ਲੈਂਟਰ ਦਾ ਪ੍ਰੋਗਰਾਮ ਹੋਵੇ ਉਹ ਬਣਾ ਲਈ ਦੀ ਆ, ਤੇ ਵਧੀਆ ਬਣਾਈ ਦੀ ਆ। ਹੈਂ ਆ ਜਾ ਓਏ ਆ ਜਾ।